ਕਿਸਾਨ ਭਰਾਵੋ ਅੱਜ ਨਰਮੇ ਵਿੱਚ ਵਟਾਂ ਪਾ ਰਹੇ ਸੀ ਤੇ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਹੈ ਛੋਟੀ ਵੀਡੀਓ ਰਾਹੀਂ ਕਿ ਜਿਹੜੀ ਆਪਾਂ ਵਟ ਪਾ ਦਿੰਨੇ ਆ ਨਰਮੇ ਦੇ ਓੜੇ ਦੇ ਨਾਲ ਸਿਆੜ ਦੇ ਨਾਲ ਆਪਾਂ ਦੋਨੇ ਛੜਾਂ ਤੋਂ ਮਿੱਟੀ ਲਾ ਦਿੰਨੇ ਆ ਇਹਦਾ ਬੜਾ ਫਾਇਦਾ ਹੁੰਦਾ ਜੀ ਅੱਗੇ ਜਾ ਕੇ ਕਿਉਂਕਿ ਬਰਸਾਤਾਂ ਦਾ ਪਾਣੀ ਕਰਕੇ ਬੂਟੇ ਨੂੰ ਫਲੱਡ ਸਟ੍ਰੈਸ ਨਹੀਂ ਆਵੇਗਾ ਤੇ ਇੱਕ ਜਿਹੜੀ ਖਾਸ ਜਿੰਨਾ ਜ਼ਮੀਨਾਂ ਦੇ ਵਿੱਚ ਕੱਖਾਂ ਮਾਰਨ ਵਾਲੀਆਂ ਦਵਾਈਆਂ ਜਾਦੇ ਵਰਤੀਆਂ ਜਾਂਦੀਆਂ ਆ ਮੈਂ ਹੁਣ ਪੈਰ ਨਾਲ ਤੁਹਾਨੂੰ ਬੂਟਾ ਤੋੜ ਕੇ ਦਿਖਾਇਆ ਕਿ ਇਹਦੇ ਨਾਲ ਇੱਥੇ ਇੱਕ ਗੰਢ ਬਣ ਜਾਂਦੀ ਹੈ ਤੇ ਉਹ ਟੁੱਟ ਜਾਂਦਾ ਇਹ ਮੈਂ ਵੈਸੇ ਬੂਟਾ ਹੱਥ ਨਾਲ ਤੋੜਿਆ ਹੋਇਆ ਸੀ ਵਿਰਲਾ ਕਰ ਰਹੀ ਸੀ ਨਰਮਾ ਤੇ ਇਸ ਤਰੀਕੇ ਦੀ ਸਮੱਸਿਆ ਜਿਹੜੀ ਆਉਂਦੀ ਆ ਇਹ ਵੀ ਘੱਟ ਆਉਂਦੀ ਆ ਫਿਰ ਤੁਸੀਂ ਆਪਦੇ ਖੇਤ ਦੇ ਵਿੱਚ ਨਰਮੇ ਜਿਆਦਾ ਕੱਦ ਵੱਧ ਰਿਹਾ ਤਾਂ ਦੂਸੇ ਤੋੜੋ ਵਿਰਲਾ ਕਰੋ ਤੇ ਵਟਾਂ ਜ਼ਰੂਰ ਪਾਓ